ਸਸਵੀਕਾਲ ਜੀ ਅਸੀਂ ਗੱਲ ਕਰ ਰਹੇ ਹਾਂ ਪਿਰਾਮਿਡ ਈ ਸਰਵਿਸ ਦੀ ਮੋਗਾ ਬ੍ਰਾਂਚ ਤੋਂ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਹੋਰ ਸਕਸੈਸਫੁਲ ਸਟੋਰੀ ਆਫ ਸਟੱਡੀ ਵੀਜ਼ਾ ਜੋਤੀ ਸੋ ਗੱਲ ਕਰਦੇ ਹਾਂ ਜੋਤੀ ਦੇ ਨਾਲ ਕਿ ਉਹਨਾਂ ਦਾ ਓਵਰਆਲ ਐਕਸਪੀਰੀਅੰਸ ਪਿਰਾਮਿਡ ਈ ਸਰਵਿਸ ਦੀ ਮੋਗਾ ਬ੍ਰਾਂਚ ਦੇ ਨਾਲ ਕਿਦਾਂ ਰਿਹਾ ਸੋ ਜੋਤੀ ਦੇ ਨਾਲ ਉਹਨਾਂ ਦੇ ਹਸਬੰਡ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਦਾ ਓਵਰਆਲ ਐਕਸਪੀਰੀਅੰਸ ਸਾਡਾ ਕਾਉਂਸਲਰਸ ਦੇ ਨਾਲ ਕਿਦਾਂ ਦਾ ਰਿਹਾ ਸੋ ਜੋਤੀ ਕਿਹੜੇ ਕਾਲਜ ਸਭ ਤੋਂ ਪਹਿਲਾਂ ਕੰਗ੍ਰੈਚੁਲੇਸ਼ਨ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਜੋਤੀ ਦਾ ਵੀਜ਼ਾ ਵਾ ਉਹ ਇੱਕ ਰਿਫਿਊਜ਼ਲ ਤੋਂ ਬਾਅਦ ਆਇਆ ਐਂਡ ਜੋਤੀ ਸ਼ੀ ਇਜ਼ ਵੈਰੀ ਹੈਪੀ ਕਿ ਮੈਂ ਫਾਈਨਲੀ ਉਹਦਾ ਕੈਨੇਡਾ ਦਾ ਸਟੱਡੀ ਵੀਜ਼ਾ ਆ ਚੁੱਕਿਆ ਸੋ ਜੋਤੀ ਕਿਹੜੇ ਕਾਲਜ ਜਾ ਰਹੇ ਹੋ ਸਟੱਡੀ ਦੇ ਲਈ ਨਰਦਨ ਕਾਲਜ ਠੀਕ ਹੈ ਕਿਹੜੇ ਕੋਰਸ ਲਈ ਜਾ ਰਹੇ ਹੋ ਆਈਐਸਬੀਐਮ ਦਾ ਵੈਰੀ ਗੁੱਡ ਵੈਰੀ ਗੁੱਡ ਸੋ ਜੋਤੀ ਕਿਵੇਂ ਦਾ ਓਵਰਆਲ ਐਕਸਪੀਰੀਅੰਸ ਹੈ ਕੀ ਫੀਲ ਹੋ ਰਿਹਾ ਕਿ ਕੈਨੇਡਾ ਦਾ ਵੀਜ਼ਾ ਆ ਗਿਆ ਹੁਣ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਸੋ ਜੋਤੀ ਦੇ ਹਸਬੰਡ ਵੀ ਮੇਰੇ ਨਾਲ ਪਹੁੰਚੇ ਹੋਏ ਨੇ ਸੋ ਸਰ ਤੁਸੀਂ ਆਪਣੇ ਕੁਝ ਵਿਊਜ਼ ਕੁਝ ਸ਼ੇਅਰ ਕਰੋਗੇ ਬਿਲਕੁਲ ਜੀ ਮੈਂ ਇਹ ਕਾਉਂਸਲਰ ਮਿਲਣਾ ਹੋਵੇ ਅਮਨਦੀਪ ਮੈਮ ਤੇ ਪ੍ਰਿੰਸ ਰਣ ਜੀ ਲੋ ਜੀ ਕਿਉਂਕਿ ਉਹ ਬਹੁਤ ਵਧੀਆ ਗੇਮ ਕਰਦੇ ਨੇ ਯਾ ਸੋ ਤੁਸੀਂ ਆਪਣੇ ਫਰੈਂਡਸ ਨੂੰ ਕੀ ਰეკਮੈਂਡ ਕਰੋਗੇ ਆਪਣੇ ਫਰੈਂਡਸ ਨੂੰ ਜਾਂ ਜਿਹੜੇ ਹੋਰ ਜਾਣਾ ਚਾਹੁੰਦੇ ਆ ਫੋਰਨ ਜਾਣਾ ਚਾਹੁੰਦੇ ਆ ਡੈਫੀਨਿਟਲੀ ਕੋਈ ਇੱਥੇ ਆਉਣ ਤੇ ਟਰਾਈ ਕਰਨ ਪਤਾ ਲੱਗੇਗਾ ਉਹਨਾਂ ਕਿ ਕਿੱਦਾਂ ਦੀ ਗੇਮ ਹੁੰਦੀ ਹੈ ਕਿ ਨਹੀਂ ਕਿਉਂਕਿ ਮੇਰੇ ਕਹਿਣ ਨਾਲ ਕੁਝ ਵੀ ਫਰਕ ਨਹੀਂ ਪੈਂਦਾ ਪਰ ਪਹਿਲਾਂ ਤੁਸੀਂ ਆ ਕੇ ਕਾਉਂਸਲਰ ਨਾਲ ਤੁਸੀਂ ਗੱਲ ਕਰਦੇ ਹੋ ਤੇ ਉਹ ਤੁਹਾਨੂੰ ਕਿੱਦਾਂ ਰੀਡ ਕਰਦੇ ਨੇ ਮੇਰੀ ਪ੍ਰੈਫਰੈਂਸ ਇਹ ਹੈ ਕਿ ਅਮਨ ਮੈਡਮ ਤੇ ਸਪੈਸ਼ਲੀ ਪ੍ਰਿੰਕਾ ਮੈਮ ਦੇ ਆਰ ਵੈਰੀ ਨਾਈਸ Yeah, thank you so much. So, guys, if you want to get your study visa, either for study visa or visitor visa, so guys, if you want to get expert counseling, please don't forget to visit Pyramid E Services Moga branch. Thank you so much.